ਆਮ ਆਦਮੀ ਪਾਰਟੀ ਤੇ ਕਿਸਾਨ ਵਿੰਗ ਦੇ ਉੱਘੇ ਆਗੂ ਸਦਰ ਗੁਰਜੀਤ ਸਿੰਘ ਗਿੱਲ ਦੇ ਮਾਤਾ ਜੀ ਅਤੇ ਐਡਵੋਕੇਟ ਜਸਮਨ ਸਿੰਘ ਗਿੱਲ ਦੇ ਦਾਦੀ ਜੀ ਰਿਟਾਇਰਡ ਅਧਿਆਪਿਕਾ ਸਰਦਾਰਨੀ ਸੁਰਜੀਤ ਕੌਰ ਗਿੱਲ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਸਾਡੇ ਚੈਨਲ ਦੀ ਟੀਮ ਉੱਚੇ-ਉੱਚੇ ਤੌਰ ਤੇ ਸਦਰ ਗੁਰਜੀਤ ਸਿੰਘ ਹੁਣਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੀ। ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜੀਤ ਸਿੰਘ ਗਿੱਲ, ਜੁਆਇੰਟ ਸਕੱਤਰ ਪੰਜਾਬ ਆਮ ਆਦਮੀ ਪਾਰਟੀ। ਮੇਰੇ ਮਾਤਾ ਸ਼੍ਰੀਮਤੀ ਸੁਰਜੀਤ ਕੌਰ ਗਿੱਲ, ਇਹਨਾਂ ਦਾ ਜਨਮ 1939 ਦੇ ਵਿੱਚ ਹੋਇਆ, ਪਿੰਡ ਜਗਰਾਉਂ ਤਹਿਸੀਲ ਦੇ ਵਿੱਚ ਸਾਡਾ ਪਿੰਡ ਸੀ, ਮੇਰੇ ਨਾਨਕੇ ਸੀਗੇ। ਉੱਥੇ ਸਰ ਜਥੇਦਾਰ ਮਹਾਂ ਸਿੰਘ ਦੇ ਗ੍ਰਹਿ ਵਿਖੇ ਇਹਨਾਂ ਦਾ ਜਨਮ ਹੋਇਆ ਸੀ। 1963 ਦੇ ਵਿੱਚ ਇਹਨਾਂ ਦੀ ਸ਼ਾਦੀ ਮੇਰੇ ਫਾਦਰ ਸਰਦਾਰ ਗੁਰਬਚਨ ਸਿੰਘ ਗਿੱਲ ਨਾਲ ਹੋਈ, ਜਿਹਦੇ ਕਿ ਅਸੀਂ ਲੜਕੀਆਂ ਘਰਾਂ ਦੇ ਵਿੱਚ ਰਹਿੰਦੇ ਹਾਂ। ਸ਼ੁਰੂ ਤੋਂ ਪਾਕਿਸਤਾਨ ਦੇ ਵਿੱਚੋਂ ਅਸੀਂ ਮਾਈਗ੍ਰੇਟ ਹੋ ਕੇ ਆਏ ਹਾਂ 1947 ਦੇ ਵਿੱਚ। ਅਤੇ ਉਸ ਤੋਂ ਬਾਅਦ 1966 ਦੇ ਵਿੱਚ ਉਹਨਾਂ ਨੂੰ ਇੱਥੇ ਐਜ ਏ ਸਰਕਾਰੀ ਸਕੂਲ ਦੇ ਵਿੱਚ ਐਜ ਏ ਟੀਚਰ ਇਹਨਾਂ ਦੀ ਅਪੁਆਇੰਟਮੈਂਟ ਹੋਈ। ਔਰ ਇਹਨਾਂ ਨੇ ਸਾਰੀ ਉਮਰ ਬੜੀ ਮਿਹਨਤ ਨਾਲ, ਬੜੀ ਇਮਾਨਦਾਰੀ ਨਾਲ ਬੱਚਿਆਂ ਨੂੰ ਸਿੱਖਿਆ ਦੇਣ ਦਿੱਤੀ ਆ, ਔਰ ਆਪਣੇ ਕਿੱਤੇ ਪ੍ਰਤੀ ਬੜੇ ਇਮਾਨਦਾਰ ਰਹੇ ਨੇ। ਇੱਕ ਵੀ ਦਿਨ ਇਹੋ ਜਿਹਾ ਨਹੀਂ ਸੀ ਜਿਸ ਵੇਲੇ ਸਕੂਲ ਤੋਂ ਲੇਟ ਹੁੰਦੇ ਸੀ। ਔਰ ਉਦੋਂ ਤਾਂ ਸਾਡੇ ਘਰ ਦੇ ਹਾਲਾਤ ਵੀ ਇਹੋ ਜਿਹੇ ਸੀਗੇ, ਇੰਨੀ ਨਹੀਂ ਸੀਗੀ ਗੱਲ ਦੀ, ਸਾਰੇ ਘਰ ਦੇ ਕੰਮ ਆਪ ਹੀ ਖੁਦ ਕਰਨੇ ਪੈਂਦੇ ਹੁੰਦੇ ਆ। ਉਦੋਂ ਖੇਤੀਬਾੜੀ ਕਰਦੇ ਹੁੰਦੇ ਸੀ, ਨਾਲ ਉਹਨਾਂ ਨੂੰ ਕਰਦੇ ਹੁੰਦੇ ਸੀਗੇ। ਅਤੇ ਪਰ ਕਦੇ ਵੀ ਇਹਨਾਂ ਦੇ ਮੱਥੇ ਦੇ ਉੱਤੇ ਇਹਨਾਂ ਨੇ ਸਾਨੂੰ ਇਹ ਭੈਣ ਭਰਾਵਾਂ ਦੇ ਵਿੱਚ ਇਹਨਾਂ ਨੇ ਸਾਡੇ ਵਿੱਚ ਨਾਲ ਪਾਲਿਆ, ਸਾਨੂੰ ਉੱਚ ਸਿੱਖਿਆ ਦਵਾਈ, ਕਦੇ ਵੀ ਇਹਨਾਂ ਨੇ ਮੱਥੇ 'ਤੇ ਤਿਉੜੀ ਨਹੀਂ ਪਾਈ। ਉਸ ਤੋਂ ਬਾਅਦ ਵੀ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਨੇ ਸਪੈਸ਼ਲੀ ਆਪਣੇ ਪਿੰਡ ਦੇ ਸਕੂਲ ਲਈ ਬਹੁਤ ਕੁਛ ਕੀਤਾ, ਕਿਉਂਕਿ ਪਿੰਡ ਦੇ ਸਕੂਲ 'ਚ ਇਹਨਾਂ ਨੇ ਬਹੁਤ ਜ਼ਿੰਦਗੀ ਦਾ ਸਮਝ ਲਓ ਜ਼ਿਆਦਾ ਹਿੱਸਾ ਇਹਨਾਂ ਨੇ ਇਸ ਪਿੰਡ ਦੇ ਸਕੂਲ ਦੇ ਵਿੱਚ ਹੀ ਬਿਤਾਇਆ ਵਾ। ਇਸ ਸਕੂਲ ਨਾਲ ਉਹਨਾਂ ਦੀਆਂ ਬੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ, ਬੜੀ ਡੂੰਘੀ ਤਰ੍ਹਾਂ ਨਾਲ। ਸਕੂਲ ਦੇ ਲਈ ਉਹ ਹਮੇਸ਼ਾ ਕੁਛ ਨਾ ਕੁਛ ਕਰਨ ਦੇ ਲਈ ਤੱਤਪਰ ਰਹਿੰਦੇ ਸੀ। ਔਰ ਸਾਡਾ ਵੀ ਲੋਕਾਂ ਨਾਲ ਵਾਅਦਾ ਵਾ, ਅਸੀਂ ਉਹਨਾਂ ਦੀਆਂ ਉਮੀਦਾਂ 'ਤੇ ਜੋ ਉਹਨਾਂ ਦੀਆਂ ਆਸਾਂ ਸੀਗੀਆਂ ਜਿਵੇਂ ਵੀ ਸੀਗੀਆਂ, ਅਸੀਂ ਸਕੂਲ ਲਈ ਜਾਂ ਐਜੂਕੇਸ਼ਨ ਲਈ ਅਸੀਂ ਜੋ ਵੀ ਉਹ ਹੁਣ ਤੱਕ ਕਰਦੇ ਸੀਗੇ, ਜਦੋਂ ਰਿਜ਼ਲਟ ਆ ਜਾਂਦਾ ਸੀ 31 ਮਾਰਚ ਨੂੰ, ਉਹ ਫਸਟ ਸੈਕਿੰਡ ਥਰਡ ਸਾਰੀ ਕਲਾਸਾਂ ਦੇ ਬੱਚਿਆਂ ਨੂੰ ਉਹ ਪ੍ਰਾਈਜ਼ ਲਿਆ ਕੇ ਜਿਹੋ ਜਿਹੀ ਚੀਜ਼ ਉਹ ਡਿਜ਼ਰਵ ਕਰਦੇ ਸੀ ਉਹ ਦਿੰਦੇ ਹੁੰਦੇ ਸੀਗੇ। ਔਰ ਅਸੀਂ ਵੀ ਵਾਅਦਾ ਕਰਦੇ ਹਾਂ ਲੋਕਾਂ ਨਾਲ, ਇਵੇਂ ਅਸੀਂ ਐਜੂਕੇਸ਼ਨ ਦੀ ਸੇਵਾ ਕਰਦੇ ਰਹਾਂਗੇ ਔਰ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਾਡੇ ਲਾਗੀਆਂ ਕਲਾਂ ਸਾਡੇ ਗ੍ਰਹਿ ਵਿਖੇ ਮੇਰੀ ਧਰਮ ਪਤਨੀ ਜਗਵੰਤ ਕੌਰ ਗਿੱਲ, ਮੇਰਾ ਬੇਟਾ ਐਡਵੋਕੇਟ ਜਸਮਨ ਸਿੰਘ ਗਿੱਲ, ਮੇਰੀ ਬੇਟੀ ਪਰਨੀਤ ਕੌਰ ਗਿੱਲ, ਅਸੀਂ ਸਾਰੇ ਇੱਥੇ ਮੌਜੂਦ ਹਾਂ, ਪਰ ਉਹਨਾਂ ਦੀ ਘਾਟ ਨਹੀਂ ਪੂਰੀ ਹੋ ਰਹੀ। ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ 8 ਤਰੀਕ ਨੂੰ ਅੰਤਿਮ ਅਰਦਾਸ ਦੇ ਵਿੱਚ ਸਰਾਭਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ 1 ਤੋਂ 2 ਵਜੇ ਵਿੱਚ ਸਾਰਿਆਂ ਨੂੰ, ਮੈਂ ਜਿੰਨੇ ਵੀ ਸਾਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਮੈਂ ਜੀ ਆਇਆ ਕਹਿੰਦਾ, ਔਰ ਜ਼ਰੂਰ ਉਹ ਆਉਣ ਔਰ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਣ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।